ਰੂਪ ਢਿੱਲੋਂ ਦਾ ਨਾਵਲ ਚਿੱਟਾ ਕਾਲਾ ਦਾ ਦੂਸਰਾ ਹਿੱਸਾ ਸ਼ੇਡ ਦਿੱਤ ਸਵੇਦਾ ਦੂਸਰਾ ਅੰਗ ਰਾਜੇ ਦੇ ਸਾਹਮਣੇ ਇੱਕ ਨਿੱਕੇ ਜਿਹੇ ਪੱਥਰ ਉੱਤੇ ਚਿੱਟਾ ਦੀ ਧੂੜ ਪਈ ਸੀ ਕਾਲੇ ਪੱਥਰ ਉੱਤੇ ਚਿੱਟਾ ਪਾਊਡਰ ਪਾਲ ਉਪਾਲ ਰੱਖਿਆ ਸੀ ਰਾਜੇ ਨੇ ਆਪਣੀ ਸੱਜੀ ਨਾਸ ਧੂੜ ਉੱਤੇ ਕਰਕੇ ਪਿੰਗਲਾ ਰਾਈ ਚਿੱਟੇ ਨੂੰ ਸੁੰਘ ਲਿਆ ਸੀ ਉਹਦੀਆਂ ਕਾਲੀਆਂ ਨਾਸਾਂ ਉੱਤੇ ਧੂੜ ਦੇ ਸਫੈਦ ਜੱਟੇ ਬਹਿ ਗਏ ਨਕੋ ਦਾ ਸਨ ਹੋ ਗਿਆ ਸੀ ਪਰ ਮਨ ਉਹਦਾ ਨਸ਼ੇ ਨਾਲ ਦੂਲਾ ਹੋ ਗਿਆ ਨਸ਼ੇ ਦਾ ਅਸਰ ਹੁਣ ਉਹਦੀਆਂ ਨਾੜਾਂ 'ਚ ਨਸ ਰਿਹਾ ਸੀ ਮਨ 'ਚ ਸੋਚੀ ਗਿਆ ਕਿ ਉਸ ਵਾਂਗ ਕੋਈ ਨਹੀਂ ਹੈ ਸਭ ਨੂੰ ਉਂਗਲੀਆਂ ਤੇ ਨਚਾਏਗਾ ਉਹਨੂੰ ਪਤਾ ਲੱਗਿਆ ਕਿ ਵਿਕਰਮ ਦਾ ਸਾਲਾ ਰਾਂਝਾ ਅੱਜ ਭੈਣ ਨੂੰ ਮਿਲਣ ਆਉਣ ਲੱਗਾ ਸੀ ਤੇ ਉਹਨੂੰ ਇਹ ਵੀ ਪਤਾ ਸੀ ਕਿ ਵਿਕਰਮ ਦੀ ਰਾਣੀ ਸ਼ੀਰੋਤ ਤੇ ਭਰਾ ਦੀ ਕਾਫੀ ਭੈਣ ਸੀ ਰਾਂਝੇ ਤੇ ਰਾਂਝੇ ਦਾ ਪੁਰਾਣਾ ਯੁੱਧ ਚੱਲ ਰਿਹਾ ਸੀ ਇਸ ਹਾਲ 'ਚ ਰਾਜਾ ਦਰਬਾਰ ਚਲਾ ਗਿਆ ਤੇ ਹੁਣ ਅਠਵਾਰਾ ਹੋ ਚੁੱਕਿਆ ਸੀ ਜਦ ਦਾ ਕਰਨੈਲ ਨੂੰ ਕੈਦ ਕੀਤਾ ਹੋਇਆ ਸੀ ਇੱਕ ਵਾਰ ਵੀ ਗੱਲ ਨਹੀਂ ਕੀਤੀ ਵਿਕਰਮ ਨਾਲ ਉਸ ਬਾਰੇ ਸਗੋਂ ਸਭ ਨੂੰ ਆਪਣੇ ਬਿੱਲੋ ਨਾਲ ਮੰਗਣੇ ਦਾ ਐਲਾਨ ਕਰ ਦਿੱਤਾ ਸਾਰੇ ਹੈਰਾਨ ਹੋ ਗਏ ਸੀ ਦਰਬਾਰੀਆਂ ਦੀਆਂ ਚੱਕੇ ਤੇ ਚਿਹਰਿਆਂ ਨੂੰ ਵੇਖ ਕੇ ਰਾਜਾ ਖੁਸ਼ ਸੀ ਵਿਆਹ ਦਾ ਸਾਹਾ ਸੈੱਟ ਕਰਕੇ ਸਭ ਨੂੰ ਗਿਆ ਚੰਗੀ ਗੱਲ ਹੈ ਕਿਉਂਕਿ ਵਿਕਰਮ ਦੀ ਉਦਾਸੀ ਉੱਡ ਜਾਏਗੀ ਜਦ ਦਾ ਫੈਸਲਾ ਬਣਾਇਆ ਸੀ ਕਰਨੈਲ ਨੂੰ ਬੰਦੀ ਬਣਾਉਣ ਦਾ ਵਿਕਰਮ ਤੰਗ ਹਾਲ ਸੀ ਸ਼ੀਰੋ ਨੂੰ ਇਹ ਸਾਫ਼ ਦਿਸਦਾ ਸੀ ਵਿਕਰਮ ਦਾ ਦਰਬਾਰ ਇੱਕ ਢਿੱਲੇ ਢਾਂਸੀ ਜਿਸ ਇਸ ਢਿੱਲੇ ਵੱਲੋਂ ਆਬਸ਼ਾਰ ਪਾਣੀ ਵਹਾਂਦਾ ਸੀ ਇੱਕ ਕੁੰਡ ਚ ਜਿਹਦੇ ਨਾਲ ਅਜ਼ੀਮ ਚਟਾਨ ਖੜੀ ਸੀ ਇਹ ਚਟਾਨ ਵਿਕਰਮ ਦਾ ਸਿੰਘਾਸਨ ਸੀ ਇੱਥੋਂ ਆਪਣੇ ਵਤਨੀਆਂ ਨੂੰ ਫਿਤਾਬ ਕਰਦਾ ਸੀ ਤੇ ਸਾਰੇ ਕੁੰਡ ਦੇ ਆਲੇ ਦੁਆਲੇ ਖੜ ਕੇ ਸਿਰ ਨੀਵਾ ਕਰਕੇ ਸੁਣਦੇ ਸੀ ਉਹ ਨਾਲ ਵਿੱਚ ਆਬਸ਼ਾਰ ਦਾ ਪਾਣੀ ਧੁੱਪ ਚ ਲਿਸ਼ਕਦਾ ਸੀ ਪਰ ਅੱਜ ਤਾਂ ਭਰ ਸਿਆਲ ਸੀ ਸਿਰਫ ਕੁਝ ਦਰਬਾਰੀ ਲੋਕ ਸਨ ਜੋ ਰਾਹ ਦੇ ਦੀ ਉਡੀਕ ਚ ਖੜੇ ਸਨ रांजे ਨੂੰ ਦਰਬਾਰ ਅੰਦਰ ਸ਼ੀਰੋ ਖੁੱਦ ਲੈ ਕੇ ਗਈ ਦਰਬਾਰੀਆਂ ਨੇ ਆਪਣੇ ਸਿਰ ਝੁਕਾਏ ਜਦ ਭੈਣ ਭਰਾ ਉਹਨਾਂ ਕੋਲੋਂ ਲੰਘੇ ਸ਼ੀਰੋ ਦਾ ਜੀ ਕਾਲਾ ਪਹਿਰਿਆ ਸੀ ਇਹ ਗੱਲ ਰਾंजे ਨੂੰ ਪਸੰਦ ਨਹੀਂ ਸੀ ਉਹਨੇ ਭੈਣ ਨਾਲ ਕਾਣਾ ਫੁਸੀ ਕਰਕੇ ਬੋਲੇ ਭੈਣ ਜੀ ਤੂੰ ਚਿੰਤਾ ਕਿਉਂ ਕਰਦੀ ਹੈ ਆਪਣੀ ਪਰਜਾ ਸਾਹਮਣੇ ਜੋ ਮਨ ਚ ਹੈ ਮੁੱਖੋ ਤੇ ਨਹੀਂ ਦਿਖਾਈਦਾ ਮੈਨੂੰ ਦੱਸ ਤੈਨੂੰ ਕਿਸ ਗੱਲ ਦਾ ਫਿਕਰ ਹੈ ਇਹਨਾਂ ਸਭ ਨੂੰ ਮਿਲ ਕੇ ਜਾਣ ਦੇ ਵੀਰਾ ਫਿਰ ਦੱਸਦੀਆਂ ਵਿਕਰਮ ਤਾਂ ਦਰਬਾਰ ਚਾ ਜਾ ਨਹੀਂ ਸਕਦਾ ਬਿਮਾਰ ਹੋਇਆ ਪਿਆ ਤਾਂ ਇਹ ਤਾਂ ਮੈਂ ਆਇਆ ਆ ਪਹਿਨ ਮੈਨੂੰ ਡਰੇ ਮੇਰਾ ਕੀ ਹੋਏਗਾ ਜੇ ਹੁਣ ਵਿਕਰਮ ਸ੍ਰੀ ਛੱਡ ਗਿਆ ਵੀਰ ਕੁਝ ਨਹੀਂ ਹੋਏਗਾ ਤੂੰ ਉਹਦੇ ਭਰਾ ਰਾਜੇ ਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ ਜ਼ਰੂਰ ਤੁਹਾਡੀ ਦੋਨਾਂ ਦੀ ਪਿੱਛੋਂ ਦੀ ਲੜਾਈ ਚੱਲ ਰਹੀ ਹੈ ਤੇ ਮੈਨੂੰ ਪੂਰਾ ਪਤਾ ਹੈ ਤੁਹਾਡੇ ਸਾਰਿਆਂ ਨਾਲ ਪੰਗੇ ਲਾਂਦਾ ਫੇਰ ਵੀ ਰਾਜੇ ਨੂੰ ਮੇਰੇ ਵਾਂਗਰ ਨਹੀਂ ਜਾਣਦਾ ਹੁਣ ਵਿਕਰਮ ਦੀ ਵਿਕਰਮ ਨੇ ਕਰਨੈਲ ਨੂੰ ਕੈਦ ਕਰ ਦਿੱਤਾ ਸੋ ਤਖਤ ਦਾ ਰਾਜੇ ਕੋਲ ਕੀ ਕਹਿਨੀ ਹੈ ਤੇਰੇ ਦੋ ਪੁੱਤਰ ਸੀ ਦੋ ਨਿੱਕੇ ਭੋਲੇ ਬੱਚੇ ਇਹਨਾਂ ਬਾਰੇ ਸੋਚ ਰਹੀਆਂ ਹੁਣ ਮੈਂ ਆ ਗਿਆ ਹੁਣ ਨਾ ਚਿੰਤਾ ਕਰ ਦੇਖ ਪੱਥਰ ਕੋਲ ਪੁੱਜ ਗਏ ਹੁਣ ਦਰਬਾਰੀਆਂ ਨਾਲ ਗੱਲ ਕਰੀਏ ਆਮ ਵਿਕਰਮੀ ਸਿੰਘ ਆਸਨ ਤੇ ਖੜਦਾ ਸੀ ਪਰ ਉਹਦੀ ਗੈਰ ਹਾਜ਼ਰੀ ਚ ਸ਼ੀਰੋ ਦਾ ਹੱਕ ਸੀ ਪੱਥਰ ਉਤੇ ਖੜ ਕੇ ਦਰਬਾਰ ਨੂੰ ਸੰਬੋਧਨ ਕਰਨ ਦਾ ਇਸ ਕਰਕੇ ਸ਼ੇਰਨੀ ਚੜ ਗਈ ਉੱਪਰ ਖੜ ਕੇ ਸਭ ਵੱਲ ਚਾਕੀ ਸ਼ੀਰੋ ਪਤਲੀ ਸੀ ਬੰਗਾਲੀ ਸ਼ੇਰਨੀ ਦੀ ਨਾਰੰਗੀ ਜੱਤ ਧੁੱਪ ਚ ਚਮਕਦੀ ਸੀ ਸ਼ੀਰੋ ਦਾ ਬੂਥਾ ਵੀ ਪਤਲਾ ਜਿਆ ਸੀ ਉਦੀ ਠੋਡੀ ਜਾਨੀ ਵਾਂਗ ਤਿੱਖੀ ਸੀ ਉਹਦਾ ਮੱਥਾ ਕੱਸੀ ਦੇ ਸਿਰ ਵਰਗਾ ਚੌੜਾ ਸੀ ਅੱਖਾਂ ਨੱਕ ਨੂੰ ਰਾਖੀਆਂ ਵਾਂਗਰ ਹਿਫਾਜ਼ਤ ਕਰਦੀਆਂ ਸੀ ਅੱਖਾਂ ਜੋ ਗੋਲ ਮੋਲ ਤੇ ਵੱਡੀਆਂ ਸਨ ਦੋ ਵਿਰਾਟ ਸਿੱਕੇ ਜਿਨ੍ਹਾਂ ਨੂੰ ਸਭ ਕੁਝ ਦਿਸਦਾ ਸੀ ਖੜਾਕ ਦੀ ਆਵਾਜ਼ ਤੇ ਸਭ ਦਾ ਧਿਆਨ ਆਪਣੇ ਵੱਲ ਆਂਦਾ ਫਿਰ ਸਭ ਨੂੰ ਰਾਜੇ ਦੀ ਤਸ਼ਰੀਫ ਵਧਾਈ ਜਿੱਦਾਂ ਰੌ ਰੇਤ ਸੀ ਸ਼ੇਰਾਂ ਵਿੱਚ ਦਰਬਾਰ ਦਰਬਾਰੀ ਸ਼ੇਰ ਅੱਗੇ ਆ ਕਿ ਮੱਥਾ ਰਾਜੇ ਦਾ ਆਪਣੇ ਮੱਥੇ ਨਾਲ ਮਿਲਾਉਣ ਲੱਗ ਪਿਆ ਔਰ ਜਾਨਵਰ ਸਾਹਮਣੇ ਖੜ ਕੇ ਝੁੱਕ ਕੇ ਤਸلیم ਅਰਜ਼ ਕਰਦੇ ਸੀ ਪਰੰਪਰਾ ਤੋਂ ਬਾਅਦ ਰਾਂਝੇ ਨੇ ਛਾਲ ਮਾਰ ਕੇ ਭੈਣ ਨਾਲ ਰਾਜ ਤਖਤ ਵਾਲੇ ਪੱਥਰ ਤੇ ਖੜ ਗਿਆ ਸੀ ਰਾਂਝਾ ਵੱਡਾ ਸ਼ੇਰ ਸੀ ਪਰ ਵਿਕਰਮ ਜਾਂ ਰਾਜੇ ਜਿੱਡਾ ਨਹੀਂ ਸੀ ਫਿਰ ਵੀ ਉਹਦੀ ਛਾਤੀ ਚੌੜੀ ਸੀ ਲਤਾਂ ਬਲਵੰਤੀ ਤੇ ਮੂੰਹ ਪਿੱਡਾ ਹਟਾ-ਕਟਾ ਸ਼ੇਰ ਸੀ ਆਮ ਸ਼ੇਰ ਤੋਂ ਹਿੰਮਤੀ ਤੇ ਜਦ ਲੋੜ ਸੀ ਚਲਾਕੀ ਵੀ ਹੋ ਸਕਦੀ ਸੀ ਹੁਣ ਸਭ ਕੁਝ ਸਮਝਾ ਪੈਣੇ ਉਹਦੀਆਂ ਓਕਾਬੀ ਅੱਖਾਂ ਸ਼ੀਰੋ ਦੇ ਵੱਡੇਆਂ ਸਿੱਕੇਾਂ 'ਚ ਸੱਲ ਮਾਰਦੀਆਂ ਸੀ ਕੀ ਦੱਸਾਂ ਵਿਕਰਮ ਤਾਂ ਪਛਤਾਨ ਦਾ ਕਰਨੈਲ ਨੂੰ ਕੈਦ ਕਰ ਦਿੱਤਾ ਹੁਣ ਤਾਂ ਆਪਣਾ ਆਦੇਸ਼ ਉਲਟਾਉਣਾ ਚਾਹਦਾ ਫਿਰ ਕਰ ਦੇਗਾ ਡਰ ਐ ਥੋੜਾ ਜਿਹਾ ਰਾਜੇ ਤੂੰ ਜਿਆਦਾ ਉਹਦੇ ਵਹਿਣ ਗੱਲਾਂ ਰਾਣਾ ਹੈ ਭਰਾ ਤੋਂ ਕਾਹ ਤੋਂ ਡਰਨਾ ਜੇ ਆਦੇਸ਼ ਬਦਲਣਾ ਚਾਹੁੰਦਾ ਬਦਲ ਲਵੇ ਗੱਲ ਹੈ ਜਿੰਨਾ ਚਿਰ ਉਹ ਮੰਜੇ ਤੇ ਪਿਆ ਮੈਨੂੰ ਆਦੇਸ਼ ਦੇਣਾ ਪਏਗਾ ਤੇ ਮੈਨੂੰ ਲੱਗਦਾ ਇਸ ਗੱਲ 'ਚ ਰਾਜੇ ਨੇ ਉਂਗਲੀ ਦੇਣੀ ਹੈ ਮੈਂ ਹਾਂ ਡਰਨਾ ਆਪਣਾ ਮੱਥਾ ਸ਼ੀਰੂ ਦੇ ਮੱਥੇ ਤੇ ਰੱਖਿਆ ਮੇਰੇ ਪੇਕਿਆਂ ਤੇ ਉਸ ਚਾਲਬਾਜ਼ ਰਾਜੇ ਵਿਚਾਲੇ ਹੁਣ ਝਗੜਾ ਵੀ ਮੁੱਕ ਜਾਵੇ ਤਾਂ ਮੈਂ ਉਸ ਪਤੰਦਰ ਨਾਲ ਸੁਲਾ ਕਰ ਲੈਣੀ ਹੈ ਦੇਖੀ ਮੇਰੀ ਮੇਰੇ ਇੱਥੇ ਆਉਣ ਦੀ ਖਬਰ ਪਹਿਲੇ ਹੀ ਬਾਜੀ ਨੂੰ ਮਿਲ ਗਈ ਸੀ ਮੈਨੂੰ ਝਾਕ ਐ ਸਭ ਕੁਝ ਠੀਕ ਹੋਏਗਾ ਰਾਜਾ ਤੈਨੂੰ ਮੇਰੇ ਵਜ੍ਹਾ ਹੀ ਦੁੱਖ ਦਿੰਦਾ ਹੈ ਤੇ ਜਦ ਸਾਡੀ ਸੁਲਾ ਹੋ ਗਈ ਦੇਖ ਵਿਕਰਮ ਦਾ ਗ੍ਰਹਿ ਮੰਤਰੀ ਸਰਦਾਰ ਗੁਰਿੰਦਰ ਸਿੰਘ ਦਰਬਾਰ ਚ ਆ ਗਿਆ ਸ਼ੀਰੇ ਸ਼ਿਰੂ ਨੇ ਅੰਦਰ ਆਉਂਦੇ ਲੰਗੂਰ ਵੱਲ ਅੱਖਾਂ ਨਾਲ ਇਸ਼ਾਰਾ ਕੀਤਾ ਰਾਜੇ ਦੀ ਅੱਖ ਲੰਗੂਰ ਵੱਲ ਮਤਲਬ ਗ੍ਰਹਿ ਮੰਤਰੀ ਵਾਲਟੀ ਕੀ ਅਸਲ ਚ ਗੁਰਿੰਦਰ ਸਿੰਘ ਨੂੰ ਲੰਗੂਰ ਸੱਦਨਾ ਗਲਤ ਸੀ ਜਿੱਥੇ ਲੰਗੂਰ ਦਾ ਮੁਖੜਾ ਕਾਲਾ ਸੀ ਇਹਦਾ ਗੁਲਾਬੀ ਜਿਹਾ ਸੀ ਬੂਥਾ ਨਕਲ ਸੀ ਇਹਦੀਆਂ ਜਟੂਰੀਆਂ ਨੀਲੀਆਂ ਭੁੱਸਲੇ ਸਨ ਤੇ ਸਿਰ ਅਯਾਲ ਵਿੱਚ ਲਪੇਟਿਆ ਸੀ ਜਿਦਾ ਬੱਬਰ ਸ਼ੇਰ ਹੁੰਦਾ ਆਮ ਲੰਗੂਰਾਂ ਤੋਂ ਾਡੀ ਸੀ ਤੇ ਜਦ ਸਰਦਾਰ ਗੁਰਿੰਦਰ ਆਪਣੇ ਪੂਰੇ ਕਦ ਖੜਦਾ ਸੀ ਵਿਕਰਮ ਦੀ ਢੋਲੀ ਤੱਕ ਪੁੱਜਦਾ ਸੀ ਪਰ ਫਰਕ ਹੈ ਵਿਕਰਮ ਦਾ ਚਾਰੇ ਲੱਤਾਂ ਤੇ ਖੜ ਹੁੰਦਾ ਸੀ ਜਿੱਥੇ ਗੁਰਿੰਦਰ ਆਪਣੇ ਲੱਤਾਂ ਉੱਤੇ ਬੰਦੇ ਖੜੇ ਬੰਦੇ ਵਾਂਗ ਖੜ ਕੇ ਉਚਾਈ ਪ੍ਰਾਪਤ ਕਰਦਾ ਸੀ ਸ਼ੇਰਾਂ ਵਾਂਗ ਪੰਜੇ ਨਹੀਂ ਸੀ ਪਰ ਹੱਥ ਸੀ ਆਦਮੀ ਵਰਗੇ ਇਸ ਲਈ ਹੱਥਾਂ ਨਾਲ ਚੀਜ਼ਾਂ ਫੜ ਲੈਂਦਾ ਸੀ ਤੇ ਕਾਬੂ ਕਰ ਲੈਂਦਾ ਸੀ ਉਹ ਚੀਜ਼ਾਂ ਜੋ ਹੋਰ ਜਾਨਵਰਾਂ ਲਈ ਕਾਬੂ ਤੋਂ ਬਾਹਰ ਸੀ ਇਸ ਲਈ ਉਹ ਦਾੰਤ ਆਦਮੀ ਨਾਲ ਹਰ ਬੰਦਰ ਨੂੰ ਮਿਚਾਉਂਦੇ ਇਸ ਕਰਕੇ ਜਾਨਵਰਾਂ ਜਾਨਵਰ ਬਾਂਦਰਾ ਬਨਮਾਨਸਾ ਉਤੇ ਤੇਜ ਨਹੀਂ ਕਰਨ ਕਰਦੇ ਖਾਸ ਗੁਰਿੰਦਰ ਨੂੰ ਗੁਰਿੰਦਰ ਦੇ ਸੱਜੇ ਹੱਥ ਸੋਟੀ ਫੜੀ ਸੀ ਸਾਰਾ ਲੈਣ ਵਾਸਤੇ ਨਹੀਂ ਸੀ ਪਰ ਸੱਜ ਤੱਜ ਲਈ ਰੱਖੀ ਸੀ ਜਦ ਫੜੀ ਹੁੰਦੀ ਸੀ ਆਦਮੀ ਵਾਂਗ ਤੁਰਦਾ ਸੀ ਦਰਬਾਰ ਵੜਦੇ ਉਹਨੇ ਆਸ-ਪਾਸ ਝਾਕਿਆ ਖਾਸ ਕਰ ਰਾਂਜੀ ਦੀ ਤਲਾਸ਼ ਕਰਨ ਪਰ ਦਰਬਾਰੀਆਂ ਉਤੇ ਅੱਖ ਰੱਖਣ ਵਾਸਤੇ ਵੀ ਨਹੀਂ ਸੱਚ ਸੀ ਉਹ ਚਾਹੁੰਦਾ ਸੀ ਕਿ ਸਾਰੇ ਉਸ ਵੱਲ ਤੱਕਣ ਭਾਵੇਂ ਸਰਸਰੀ ਨਜ਼ਰ ਹੀ ਲਾਉਣ ਤੇ ਜਦ ਖੁਸ਼ ਸੀ ਕਿ ਉਹਦਾ ਆਗਮਨ ਪੁਰ ਅਸਰ ਸੀ ਦੂਰੋਂ ਰਾਂਜੀ ਨੂੰ ਬੁਲਾਇਆ ਸਰਦਾਰ ਰਾਂਝਾ ਜੀ ਜੀ ਆਇਆਂ ਨੂੰ ਸਵਾਗਤ ਕਰਨ ਵਾਸਤੇ ਨੇੜੇ ਜਾ ਕੇ ਸਿਰ ਨੀਵਾ ਕੀਤਾ ਤੇ ਹੱਥ ਹਲਾਏ ਬੇ ਖਵਾਜ ਜਿੱਦਾਂ ਮੱਖੀਆਂ ਮਾਰਦਾ ਸੀ ਜਾਂ ਡਿੱਟ ਤਲਵਾਰ ਮਾਰ ਰਹੀ ਸੀ ਕਿੱਦਾਂ ਗੁਰਿੰਦਰ ਸਾਹਿਬ ਸਭ ਠੀਕ ਠਾਕ ਹੈ ਰਾਂਝੇ ਨੇ ਰਾਜ ਤਖਤ ਤੋਂ ਹੇਠਾ ਗ੍ਰਹਿ ਮੰਤਰੀ ਵੱਲ ਦੇਖ ਕੇ ਗਿਆ ਸਾਰੇ ਠੀਕ ਠਾਕ ਤੁਸੀਂ ਦੱਸੋ ਟੱਬਰ ਦਾ ਕੀ ਹੈ ਬਸ ਆਪਣੇ ਕੰਮ 'ਚ ਰੁੱਝੇ ਨੇ ਇੱਕ ਗੱਲ ਤਾਂ ਹੈ ਸਾਰਿਆਂ ਨੂੰ ਵਿਕਰਮ ਦੀ ਸਿਹਤ ਦਾ ਫਿਕਰ ਹੈ ਸੁਣਿਆ ਖੁਸ਼ ਨਹੀਂ ਕਰਨੈਲ ਨੂੰ ਜੇਲ੍ਹ 'ਚ ਰੱਖ ਕੇ ਫਿਰ ਛੱਡਦਾ ਕਿਉਂ ਨਹੀਂ ਜਨਾਬ ਹੁਣ ਛੱਡ ਤਾਂ ਸਕਦਾ ਹੈ ਪਰ ਰਾਣੇ ਦਾ ਹਾਲ ਅਸਵਸਥ ਹੈ ਤੇ ਤੇ ਕੀ ਤੇ ਹੁਣ ਰਾਜੇ ਨਾਲ ਸੁਲਾਹ ਕਰਨੀ ਹੈ ਰਾਜੇ ਨਾਲ ਰਾਜਾ ਕੌਣ ਵਿਕਰਮ ਜਾਂ ਉਲੰਗਾ ਜ਼ਮੀਰ ਦੀ ਗੱਲ ਹੈ ਜੇ ਆਤਮਾ ਨੂੰ ਦੁੱਖ ਲੱਗਦਾ ਹੈ ਭਰਾ ਨੂੰ ਕੈਦ ਰੱਖ ਕੇ ਫਿਰ ਛੱਡ ਦੇ ਉਹਨੂੰ ਤੇ ਰਾਜਾ ਤਾਂ ਪਹਿਲਾਂ ਹੀ ਮੇਰੀ ਭੈਣ ਨੂੰ ਦੁਖੀ ਕਰ ਰਿਹਾ ਰਾਂਝਾ ਜੀ ਹੁਣ ਇਹ ਤੱਕ ਇਦੀ ਗੱਲ ਹੈ ਤੁਹਾਡਾ ਤੇ ਸ਼ਹਿਜ਼ਾਦੇ ਰਾਜੇ ਦਾ ਝਗੜਾ ਸ਼ਹਿਜ਼ਾਦਾ ਮੇਰੇ ਭਾਂਜੀ ਸ਼ਹਿਜ਼ਾਦੇ ਹਨ ਰਾਜਾ ਕਦ युवराज ਬਣ ਗਿਆ ਆਰਾਮ ਨਾਲ ਬੋਲੋ ਜੀ ਬਸ ਮੇਰੀ ਗੱਲ ਤਾਂ ਪੂਰੀ ਹੋ ਲੈਣ ਦਿਓ ਵਿਕਰਮ ਚਾਹੁੰਦਾ ਹੈ ਕਿ ਤੁਹਾਡੇ ਇਤੇ ਰਾਜੇ ਵਿੱਚ ਅਮਨ ਹੋ ਜਾਵੇ ਪੁਰਾਣੇ ਇਖਤਿਲਾਫ ਛੱਡੋ ਤੇ ਸੁਲਾ ਕਰੋ ਇਹਦਾ ਸਭ ਕੁਝ ਠੀਕ ਹੋ ਜਾਏਗਾ ਜੇ ਭਾਜੀ ਮਾਹੌਲ ਠੀਕ ਕਰਨਾ ਚਾਹੁੰਦਾ ਹੈ ਤਾਂ ਮੇਰੀ ਭੈਣ ਬਾਰੇ ਸੋਚੇ ਜਨਾਬ ਜ਼ਰੂਰ ਸੋਚ ਰਹੇ ਹਨ ਚਮਕਦੀ ਉਹ ਕਾਬੀ ਅੱਖ ਨਾਲ ਮੁਸਕਾਨ ਦਿੱਤਾ ਉੱਤਰ ਵਿੱਚ ਜੋ ਸੁਲਾ ਕਰਨ ਲਈ ਤਿਆਰ ਹੈ ਮੈਂ ਵੀ ਤਿਆਰ ਹਾਂ ਬਸ ਮੇਰੀ ਇਸ ਵੇਲੇ ਸਾਰਿਆਂ ਦਾ ਧਿਆਨ ਦਰਿਆ ਦਰਬਾਰ ਦੇ ਦੁਆਰ ਵੱਲ ਗਿਆ ਹੌਲੀ-ਹੌਲੀ ਰਾਜੇ ਦਾ ਸਫੈਦ ਸਰੀਰ ਅੰਦਰ ਆਇਆ ਪੈਰ ਜਾਣ ਕੇ ਆਰਾਮ ਨਾਲ ਧਰਤੀ ਤੇ ਟਿਕਾ ਕੇ ਤੁਰਦੇ ਸੀ ਸਾਰੇ ਟਿਕਟਕੀ ਲਾ ਕੇ ਵੇਖਦੇ ਸੀ ਇੱਕ ਦੋਆਂ ਨੂੰ ਸ਼ੱਕ ਸੀ ਕਿ ਰਾਜਾ ਬਦਮਸਤ ਸੀ ਨਸ਼ੀਲੀ ਵਸਤੂ ਜਾਂ ਸ਼ਰਾਬ ਦੀ ਦਾਸਰ ਸੀ ਕਿਸੇ ਨੂੰ ਇਸ ਬਾਰੇ ਜ਼ਾਹਰ ਨਹੀਂ ਸੀ ਹੋਇਆ ਰਾਜੇ ਨਾਲ ਡਰ ਤੁਰਦਾ ਸੀ ਡਰ ਜੋ ਦਰਬਾਰੀਆਂ ਨੂੰ ਲੱਗਾ ਉਹਨੇ ਗੁਰਿੰਦਰ ਦੀ ਅੱਖ ਫੜ ਲਈ ਸੀ ਕਿੱਥੇ ਰਾਂਝਾ ਖੜਾ ਸੀ ਓਏ ਘੁਰਘੁਰ ਕਰ ਦੇ ਕਿਉਂ ਖੜੇ ਹੋ ਸਾਨੂੰ ਸਾਰਿਆਂ ਨੂੰ ਗੱਲ ਸੁਣਾਓ ਰਾਜੇ ਨੇ ਕਟਾਕ ਨਾਲ ਕਿਹਾ ਜਿਨਾ ਬੇ ਐਸੀ ਕੋਈ ਗੱਲ ਨਹੀਂ ਸਾਰੇ ਰਾंजे ਦਾ ਸਵਾਗਤ ਕਰਨ ਇਕੱਠੇ ਹੋਏ ਸਿਆ ਬਸ ਮੈਂ ਸਰਦਾਰ ਰਾंजे ਨੂੰ ਵਿਕਰਮ ਦੀ ਇੱਛਾ ਆਖਵਾਉਂਦਾ ਸੀ ਕਿ ਤੁਹਾਡੀ ਦੋਨਾਂ ਦੀ ਸੁਲਾਹ ਹੋ ਜਾਵੇ ਉਹਦੀ ਨਜ਼ਰ ਵਿੱਚ ਤੁਸੀਂ ਦੋਨੇ ਸਵਾਮੀ ਭਗਤ ਉਹ ਸਵਾਮੀ ਭਗਤ ਰਾਂਜਾ ਖੈਰ ਰਾਣਾ ਉਹਦੀ ਰਾਣੀ ਬਾਰੇ ਸੋਚਦਾ ਸੀ ਗੁਰਿੰਦਰ ਨੇ ਜ਼ਬਾਨ ਖੋਲੀ ਅੱਛਾ ਸ਼ੀਰੋ ਰਾਣੀ ਮੈਨ ਤੋਂ ਜ਼ਿਆਦਾ ਤਾਬੇਦਾਰ ਹੈ ਰਾਜੇ ਨੇ ਭੇਖੀ ਹੈਰਤ ਨਾਲ ਬੋਲਿਆ ਮੇਰੇ ਜਿੰਨਾ ਕੋਈ ਵਫਾਦਾਰ ਨਹੀਂ ਹੈ ਵਿਕਰਮ ਲਈ ਕੁਝ ਵੀ ਕਰ ਸਕਦੀ ਹਾਂ ਤੇ ਉਹਦਾ ਕਹਿਣਾ ਮੰਨਦੀ ਆ ਸ਼ਿਰੂ ਨੇ ਛਿੱਤੇ ਨਾਲ ਜਵਾਬ ਥੁੱਕਿਆ ਨਹੀਂ ਤੂੰ ਤਾਂ ਵਿਆਹ ਕੇ ਸਾਡੇ ਘਰ ਆਈ ਕੀ ਪਤਾ ਅਸਲੀ ਘਰ ਪੇਕੇ ਆ ਤੇਰਾ ਮਨ ਤੇਰੇ ਮਨ ਵਿੱਚ ਜਾਂ ਸਾਡਾ ਖਬਰਦਾਰ ਰਾਜਿਆ ਰਾਂਜਾ ਨੇ ਢੇ ਅੱਖਾਂ ਚਾਰ ਕਰਨ ਲੱਗਾ ਜਦ ਦੋਨਾਂ ਦੇ ਮੱਧ ਗੁਰਿੰਦਰ ਨੇ ਆਪਣੀ ਸੋਟੀ ਰੱਖ ਕੇ ਖੜ ਗਿਆ ਉਹਦੇ ਕੰਨਾਂ 'ਚ ਦੋਹਾਂ ਸ਼ੇਰਾਂ ਦਾ ਸਾ ਤੱਤਾ ਤੇ ਸਿੱਲਾ ਜਿਆ ਸੀ ਉਹਨਾਂ ਦੇ ਖਾਦੇ ਹੋਏ ਸ਼ਿਕਾਰ ਦਾ ਸੜਿਆਨ ਗੁਰਿੰਦਰ ਨੇ ਦੇ ਨੱਕ ਨੂੰ ਟੁੱਟ ਕੇ ਪਿਆ ਮੇਰੇ ਪਿਆਰੇ ਸਰਦਾਰੋ ਸਕੂਨ ਦੇ ਲੋੜ ਹੈ ਅਸਿਰਾਨੋਂ ਦੇ ਰਾਣੇ ਦੇ ਦਰਬਾਰ ਚ ਖਲੋਏ ਆ ਗ੍ਰਹਿ ਮੰਤਰੀ ਨੇ ਮਸਾਂ ਗਿਆ ਸ਼ੀਰੋ ਰਾਣੀ ਮੈਸਰਪਈ ਕਹਿ ਰਿਹਾ ਕਿ ਮੈਂ ਵਿਕਰਮ ਨੂੰ ਬਚਪਨ ਤੋਂ ਜਾਣਦਾ ਤੇ ਮੇਰੇ ਵਰਗਾ ਕੋਈ ਹੋਰ ਨਹੀਂ ਰਾਜੇ ਨੇ ਸ਼ੀਰੋ ਨੂੰ ਉੱਤਰ ਦਿੱਤਾ ਪਰ ਅੱਖਾਂ ਰਾਂਝੇ ਦੀਆਂ ਅੱਖਾਂ ਚ ਗੱਡੀਆਂ ਸੀ ਮੇਰਾ ਪਿਆਰ ਵਿਕਰਮ ਲਈ ਸੱਚਾ ਹੈ ਸ਼ੀਰੋ ਨੇ ਜਵਾਬ ਦਿੱਤਾ ਅੱਖਾਂ ਹਲੇ ਵੀ ਰਾਂਝੇ ਦੀਆਂ ਅੱਖਾਂ ਨਾਲ ਮਿਲਾਈਆਂ ਸੀ ਪਰ ਸਭ ਨੂੰ ਜ਼ੋਰ ਦੇਣੀ ਰਾਜਾ ਬੋਲਿਆ ਦਰਬਾਰ ਤਾਂ ਵਿਸੂਲਾ ਤਾਂ ਹੈ ਸਾਰੇ ਬਿਸੀਰ ਹਨ ਮੈਂ ਹੀ ਸੱਚੇ ਦਿਲ ਵਾਲਾ ਸ਼ੇਰ ਹਾਂ ਮੈਂ ਹੀ ਸਿੱਧੀ ਗੱਲ ਕਰਨ ਵਾਲਾ ਹਾਂ ਤੁਸੀਂ ਸਭ ਅਪਵਾਦੀ ਹੋ ਸਾਹਮਣੇ ਇੱਕ ਦਿਨ ਇੱਕ ਇੱਕ ਕਰਦੇ ਹਨ ਪਿੱਠ ਪਿੱਛੇ ਨਿੰਦਕ ਹੁਣ ਸਾਰਿਆਂ ਵੱਲ ਵੇਖਦਾ ਦਰਬਾਰ ਦਾ ਚੱਕਰ ਮਾਰਨ ਲੱਗ ਪਿਆ ਨਾਲੇ ਨਾਲੇ ਨਾਲ ਸਭ ਨਾਲ ਗੱਲ ਕਰਦਾ ਸੀ ਮੈਂ ਜਾਣਦਾ ਮੇਰੀ ਪਿੱਠ ਪਿੱਛੇ ਮੇਰੇ ਬਾਰੇ ਕੀ ਕੁਝ ਸਾਰੇ ਕਹਿੰਦੇ ਨੇ ਤੇ ਰਾਂਝਾ ਜੀ ਇਹ ਤੂੰ ਸੱਚ ਸੁਣਨ ਨੂੰ ਤਿਆਰ ਐ ਕੰਨ ਕੋਲ ਇਹ ਮੈਨੂੰ ਦੱਸ ਕਿ ਤੇਰੇ ਬਾਰੇ ਮੈਂ ਮੰਦ ਭਾਵਨਾ ਕਰਦਾ ਪਰ ਇਹ ਸਭ ਝੂਠ ਹੈ ਮੈਂ ਤੇਰੇ ਸਰਬੰਸ ਬਾਰੇ ਕੁਝ ਨਹੀਂ ਕਿਹਾ ਹਾਂ ਇੱਕ ਗੱਲ ਤਾਂ ਮੈਂ ਸਿੱਧੀ ਤੈਨੂੰ ਤੇ ਸਾਡੀ ਰਾਣੀ ਨੂੰ ਰਾਜੇ ਨੇ ਸਾਡੀ ਰਾਣੀ ਸ਼ਬਦ ਨੂੰ ਜ਼ੋਰ ਦੇਣੀ ਉਚਾਰਿਆ ਸੋ ਆ ਆਵਾਜ਼ ਵਿੱਚ ਬਿੰਗ ਸੁਣੇ ਕਹਿਣਾ ਚਾਹੁੰਦਾ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਵਿਕਰਮ ਦੀ ਮੌਤ ਉਡੀਕਦੇ ਨੇ ਮੌਤ ਦੰਡ ਕਰਨੈਲ ਦੇ ਪਿੱਛੇ ਸਾਡੀ ਰਾਣੀ ਹੀ ਹੈ ਉਹਦੀ ਮਰਗ ਮਗਰ ਮੈਂ ਹੀ ਰਹਿ ਜਾਣਾ ਤੇ ਮਰਦੇ ਦਮ ਤੱਕ ਤੁਹਾਨੂੰ ਤਖਤ ਲੈਣ ਹਟਾਵਾਂਗਾ ਆਪਣੀ ਜ਼ਬਾਨ ਨੂੰ ਸੰਭਾਲ ਕੁੱਤਿਆ ਦੂਸਰੇ ਚਰਾਂਜ ਨੇ ਉੱਤਰ ਦਿੱਤਾ ਇੱਕ ਵਾਰ ਫੇਰ ਦੋਨੋਂ ਸ਼ੇਰ ਇੱਕ ਦੂਜੇ ਦਾ ਸਾਹਮਣਾ ਕਰਨ ਲੱਗੇ ਐਤਕੀ ਗੁਰਿੰਦਰ ਨੂੰ ਕੁਝ ਕਰਨ ਦੀ ਲੋੜ ਨਹੀਂ ਸੀ ਸ਼ੀਰੋ ਨੇ ਝਗੜਾ ਨਿਬੇੜਨ ਦਾ ਉਪਾਅ ਕੀਤਾ ਮੈਂ ਐਸੀ ਵਕਤ ਵਿਕਰਮ ਕੋਲ ਜਾਨੀਆ ਉਹਨੂੰ ਦੱਸਦੀਆਂ ਕਿ ਮੇਰਾ ਦਿਓਰ ਦਰਬਾਰ 'ਚ ਗੜਬੜ ਕਰ ਰਿਹਾ ਹੈ ਰਾਜਾ ਜਵਾਬ ਦੇਣ ਦੀ ਤਿਆਰੀ ਹੋਣ ਲੱਗਾ ਸੀ ਪਰ ਉਹਨੂੰ ਮੌਕਾ ਨਹੀਂ ਮਿਲਿਆ ਰਾਂਝਾ ਰਾਜੇ ਨੂੰ ਮਾਰਨਾ ਚਾਹੁੰਦਾ ਸੀ ਪਰ ਉਹਦੀ ਵਜਾ ਰਾਜੇ ਨੂੰ ਕੋਈ ਰੋਕ ਨਹੀਂ ਪਈ ਰਾਜਾ ਚੁੱਪ ਤਾਂ ਹੋ ਗਿਆ ਸੀ ਕਿਉਂਕਿ ਦਰਬਾਰ ਦੇ ਇੱਕ ਪਾਸਿਓਂ ਕਿਸੇ ਦਾ ਹਾਸਾ ਸਾਰਿਆਂ ਨੂੰ 당 ਗਿਆ ਰਾਜੇ ਦੀਆਂ ਅੱਖਾਂ ਜਿੱਥੇ ਖਿਲੀ ਖਟਕਦਾ ਸੀ ਵੱਲ ਟਿਕੀਆਂ ਸ਼ੀਰੋ ਤੋਂ ਜ਼ਿਆਦਾ ਪੁਰਾਣੀ ਰਾਣੀ ਖੜੀ ਸੀ ਗੋਬਿੰਦ ਦੀ ਮਾਂ ਖੜੀ ਸੀ ਸਭ ਸਭ ਵੱਲ ਹੱਸਦੀ ਜਦ ਸਾਰੇ ਇੱਕ ਦੂਜੇ ਨਾਲ ਬਹਿਸ ਕਰਦੇ ਸੀ ਸਾਰੇ ਦਰਬਾਰੀਆਂ ਨੇ ਧਿਆਨ ਰਾਜੇ ਤੇ ਰਾਂਝੇ ਵੱਲ ਲਾਇਆ ਉਸੇ ਵੇਲੇ ਚੁਪਚਾਪ ਜਿੱਦਾਂ ਕਿਰਲੀ ਕੰਧ ਚੜ੍ਹਦੀ ਐ ਗੋਬਿੰਦ ਸਿੰਘ ਸਾਹਿਬਾਂ ਅੰਦਰ ਆ ਖੜੀ। ਉਹਨੂੰ ਕਿਸੇ ਨੇ ਨਹੀਂ ਦੇਖਿਆ ਦੋਨਾਂ ਮਰਦਾਂ ਦਾ ਆਡਾ ਦੇਖਦੀ ਸਹਿਬ ਹਾਰ ਕੇ ਹੱਸਣ ਲੱਗ ਪਈ। ਦੇਖੋ ਕਿਦਾਂ ਆਪਸ ਵਿੱਚ ਸਭ ਲੜ ਰਹੇ ਨੇ। ਦੇਖੋ ਸੱਤਾ ਲੈਣ ਵਾਸਤੇ ਸ਼ੇਰ ਵੀ ਕੁੱਤੇ ਬਿੱਲੀਆਂ ਵਾਂਗ ਛਿਤਰੋ-ਛਿਟਰੀ ਹੋ ਜਾਂਦੇ ਨੇ। ਤਾਣ-ਦਾੰਤ ਬਿੰਦ ਬਾਦੀ ਹੋ ਜਾਂਦਾ। ਦੇਖੋ ਮੇਰੇ ਪੁੱਤਰ ਗੋਬਿੰਦ ਦਾ ਹਤਿਆਰ ਹੁਣ ਆਪਣੀਆਂ ਅੱਖਾਂ ਹੋਰ ਪਾਸੇ ਕਰ ਰਿਹਾ ਕੁੱਤਾ। ਤੋ ਮੇਰੇ ਪੁੱਤ ਨੂੰ ਮਾਰਿਆ ਤੇ ਮੇਰੇ ਪਤੀ ਨੂੰ ਵੀ ਸਾਹਿਬਾਂ ਦੀ ਜ਼ਬਾਨ ਰਾਜੇ ਲਈ ਹੰਟਰ ਵਰਗੀ ਸੀ ਰਾਜਾ ਚੁਪ ਰਿਹਾ ਕੀ ਗੱਲ ਜੀ ਪੁੱਛ ਗਈ ਮੈਂ ਸੁਣਿਆ ਤੂੰ ਤਾਂ ਮਿੱਠੀ ਜ਼ਬਾਨ ਨਾਲ ਸਾਡੀ ਨੂੰਹ ਪੁੱਟ ਲਈ ਰਾਜਾ ਹੁਣ ਘੁੰਮ ਗਿਆ ਸੋ ਸਾਹਿਬਾਂ ਦਾ ਸਾਹਮਣਾ ਕਰ ਰਿਹਾ ਸੀ ਹੁਣ ਡਟਵਾ ਹੋ ਗਿਆ ਫਿਰ ਵੀ ਸਾਹਿਬਾਂ ਤੋਂ ਕਾਫੀ ਦੂਰ ਖੜਾ ਹੋਇਆ ਸੀ ਹੂਰਾ ਭਰੀ ਫਫੇ ਕੁੱਟਣੀ ਇੱਥੇ ਵਾਪਸ ਕਿਉਂ ਆਈ ਆਈਆਂ ਫਸਾਦ ਛੇੜਨ ਉਹ ਗੱਲ ਦੱਸਣ ਜੋ ਤੁਹਾਨੂੰ ਸੁਣਨੀ ਪੈਣੀ ਹੈ ਤੈਨੂੰ ਤਾਂ ਨਿਰਵਾਸਿਤ ਕੀਤਾ ਰਾਜੇ ਨੇ ਦੂਰੋਂ ਜਵਾਬ ਦਿੱਤਾ ਇਹ ਦਰਬਾਰ ਮੇਰਾ ਜਨਮ ਅਧਿਕਾਰ ਹੈ ਰਾਜਾ ਤੂੰ ਭਾਰ ਲਾਉਣਾ ਮੇਰੀ ਪਤੀ ਤੇ ਪੁੱਤਰ ਦੀ ਮੌਤ ਦਾ ਹੋਰ ਸਾਰਿਆਂ ਨੇ ਵੀ ਭਾਰ ਲਾਉਣਾ ਮੇਰੇ ਲਈ ਨਮਕ ਖਲਾਲੀ ਦਾ ਭਾਰ ਸਭ ਵਾਸਤੇ ਤੁਹਾਡੀ ਸਭ ਦੀ ਅਸਲੀ ਰਾਣੀ ਹੈ ਮੇਰਾ ਦੁੱਖ ਤੁਹਾਡਾ ਦੁੱਖ ਹੋਣਾ ਚਾਹੀਦਾ ਹੈ ਤੁਹਾਡੀ ਜ਼ਿੰਦਗੀ ਤੇ ਸਾਈਬੀ ਮੇਰੀ ਹੋਣੀ ਚਾਹੀਦੀ ਹੈ ਸਹਿਬਾਂ ਬੇਸੰਚ ਸੰਕੋਚ ਬੋਲੀ ਤੇ ਜਿੱਦਾਂ ਤੂੰ ਸਾਡੇ ਬਾਪ ਨੂੰ ਧਰੋਤ ਕੀਤਾ ਉਹ ਗੱਲ ਯਾਦ ਨਹੀਂ ਰਾਜੇ ਨੇ ਕਿ ਬਹੁਤ ਭੈੜੀ ਗੱਲ ਕੀਤੀ ਜਦ ਉਹਨੂੰ ਉਹਦੇ ਨਿੱਕੇ ਭਰਾ ਦੀ ਲੋਥ ਲਹੂ ਭੇਜ ਦਿੱਤੀ ਗੁਰਿੰਦਰ ਨੇ ਆਪਣੀ ਗੱਲ ਵਿੱਚ ਰਲਾ ਦਿੱਤੀ ਕੋਈ ਜਨਾਨੀ ਇੰਨੀ ਬੁਰੀ ਹੋ ਸਕਦੀ ਸਾਰੇ ਸੰਸਾਰ ਨੂੰ ਪਤਾ ਤੇਰੇ ਪਾਪ ਬਾਰੇ ਰਾਂਝੇ ਨੇ ਵੀ ਕਿਹਾ ਇੱਕ ਹੀ ਪਲ ਪਹਿਲਾਂ ਤੁਸੀਂ ਸਭ ਇੱਕ ਦੂਜੇ ਨੂੰ ਵੱਢਣ ਪਏ ਸੀ ਹੁਣ ਮੈਂ ਆ ਗਈ ਤੇ ਸਾਰੇ ਮੇਰੇ ਮਗਰ ਪੈ ਗਏ ਇਹ ਬੱਚਾ ਭਾਵੇਂ ਤੁਹਾਡਾ ਚਾਚਾ ਸੀ ਪਰ ਉਹਨੇ ਇੱਕ ਦਿਨ ਬਹੁਤ ਬੁਰਾ ਬੰਦਾ ਬਣ ਜਾਣਾ ਸੀ ਕਿੱਥੇ ਤੁਹਾਡੇ ਪੇ ਦਾ ਸਕਾ ਭਰਾ ਸੀ ਮੈਂ ਤਾਂ ਹੋਰ ਸੀ ਹੈਨਾ ਉਹਨੂੰ ਮਾਰਿਆ ਜ਼ਰੂਰ ਸੀ ਪਰ ਇੰਨੀ ਵੱਡੀ ਗੱਲ ਕਿ ਉਹਦੇ ਬਦਲੇ 'ਚ ਮੇਰੇ ਸੁੱਚੇ ਸੁੱਚੇ ਪੁੱਤ ਗੋਬਿੰਦ ਤੇ ਵਾਰ ਕਰ ਦਿੱਤਾ ਮੇਰਾ ਪਤੀ ਜੋ ਅਸਲੀ ਰਾਣਾ ਸੀ ਤੇ ਵਾਰ ਕਰ ਦਿੱਤਾ ਤੇ ਮੈਨੂੰ ਮੇਰੇ ਮੁਲਕ ਤੋਂ ਬਾਹਰ ਕੱਢ ਦਿੱਤਾ ਜੇ ਤੁਹਾਡੀ ਤੇਰਖਾਰ ਇੰਨੀ ਕਾਇਮ ਹੈ ਫਿਰ ਮੇਰੀ ਵਾਰੀ ਹੈ ਸਰਾਪ ਦੇਣ ਨੂੰ ਇੰਜ ਬੋਲ ਕੇ ਸ਼ੀਰੋ ਦੇ ਅੱਗੇ ਚਲੀ ਗਈ ਲੱਗਦਾ ਹੈ ਤੇਰਾ ਸਰਤਾਜ ਤਾਂ ਘਰੀ ਮਰੂਗਾ ਪਰ ਮੇਰੇ ਗੋਬਿੰਦ ਦੇ ਕਤਲ ਬਦਲੇ ਤੇਰੇ ਪੁੱਤਰ ਵੀ ਮਾਰਾਂਗੇ ਉਸੇ ਤਰ੍ਹਾਂ ਤੇ ਮੇਰੇ ਵੰਗਰ ਤੂੰ ਵੀ ਬੁਢਾਪੇ ਨੂੰ ਇੰਜ ਹੀ گزارੇਗੀ ਸ਼ੀਰੋ ਤੂੰ ਵੀ ਦੁੱਖੀ ਵਿੱਚ ਲੰਗੇਗੀ ਜਿੱਦਾਂ ਮੈਨੂੰ ਲੰਘਣਾ ਪਿਆ ਤੇ ਰਾਜਾ ਗੁਰਿੰਦਰ ਰਾਜ ਤੁਹਾਨੂੰ ਕੁਦਰਤੀ ਮੌਤ ਨਾ ਮਿਲੇ ਪਰ ਕਿਸੇ ਖੁੰਖਾਰ ਹੱਥ ਤੋਂ ਮੌਤ ਮਿਲੇ ਜਦ ਮੌਕਾ ਸੀ ਮੇਰੇ ਖਾਨਦਾਨ ਦੀ ਮਦਦ ਕਰਨ ਦਾ ਸਾਰੇ ਚੁੱਪਚਾਪ ਰਹੇ ਤੇ ਵਿਕਰਮ ਦੇ ਚੇਲੇ ਬਣ ਗਏ ਬਸ ਬੰਦ ਕਰ ਆਪਣਾ ਬਕਵਾਸ ਐਵੇਂ ਬੱਕੀ ਜਾਨੀਆ ਰਾਜੇ ਨੇ ਕਿਹਾ ਪਰ ਇਹਦਾ ਨਤੀਜਾ ਸੀ ਕਿ ਸ਼ੀਰੋ ਤੋਂ ਪਰਾਂ ਹੋ ਕੇ ਸਹਿਬਾ ਹੋਂਸਵਲ ਤੁਰ ਪਈ ਤੇ ਤੂੰ ਰਾਜਾ ਸਰੀਰ ਸ਼ੇਰ ਜੋ ਤੂੰ ਹੈ ਇਹ ਨਾ ਸੋਚ ਤੂੰ ਬਚੇਗਾ ਜੇ ਰੱਬ ਹੈ ਉਹਨੂੰ ਜਦ ਤੇਰੇ ਪਾਪਾਂ ਦੀ ਢੇਰੀ ਜ਼ਿਆਦਾ ਵੱਧ ਗਈ ਤੇਰੀ ਢੇਰੀ ਹੋ ਜਾਵੇ ਜੇ ਮੇਰੇ ਸ਼ਬਦਾਂ 'ਚ ਜ਼ੋਰ ਹੈ ਤੇਰੀ ਜ਼ਮੀਰ ਤੈਨੂੰ ਖਾ ਜਾਏਗੀ ਤੈਨੂੰ ਪਤਾ ਨਾ ਲੱਗੇ ਕੌਣ ਯਾਰ ਹੈ ਕੌਣ ਵੈਰੀ ਹੈ ਲੋਨ ਹਰਾਮੀ ਤੈਨੂੰ ਖਰਾਬ ਕਰ ਦੇਵੇ ਫਿਰ ਇੱਕ ਵਾਰ ਹੋਰ ਸੈਬਾਂ ਸ਼ੀਰੂ ਵਾਲ ਵਦੀ ਵਿਚਾਰੀ ਰਾਣੀ ਤੂੰ ਇਸ ਤਰ੍ਹਾਂ ਦੇ ਅਸੁਰ ਨਾਲ ਗਾੜੀ ਬਣਤ ਕਰਦੀ ਹੈ ਇਹਨੇ ਤਾਂ ਤੈਨੂੰ ਜਾਲ ਵਿੱਚ ਹੀ ਫਸਾ ਦੇਣਾ ਫਿਰ ਤੂੰ ਚਾਹੇਂਗੀ ਮੇਰੇ ਕੋਲ ਆ ਕੇ ਮਦਦ ਲੈਣ ਮੈਂ ਤੈਨੂੰ ਕੀ ਕਦੇ ਕੀਤਾ ਸ਼ੀਰੋ ਨੇ ਆਖਿਆ ਕੀਤਾ ਸਾਰੇ ਫਾਇਦੇ ਤਾਂ ਤੈਨੂੰ ਹੀ ਮਿਲੇ ਨੇ ਸ਼ੀਰੋ ਰਾਣੀ ਜੀ ਹੁਣ ਤਾਂ ਤੂੰ ਹੀ ਰਾਣੀ ਹੈ ਮੈਂ ਮੰਨਦਾ ਕਿ ਮੈਂ ਗਲਤੀ ਕੀਤੀ ਹੈ ਤੇ ਉਹਦਾ ਹੁਣ ਫਾਇਦਾ ਕੀ ਹੈ ਕਰਨੈਲ ਨੂੰ ਤਾਂ ਕੈਦ ਕਰ ਦਿੱਤਾ ਗਿਆ ਜੋ ਮੈਂ ਵਿਕਰਮ ਵਾਸਤੇ ਕੀਤਾ ਉਸ ਨੂੰ ਤਾਂ ਹੁਣੇ ਲੰਮਣੀ ਹੈ ਰਾਜੇ ਨੇ ਇੱਕ ਵਾਰ ਹੋਰ ਕਰਨੈਲ ਦੀ ਗੱਲ ਛੇੜੀ ਗੁਰਿੰਦਰ ਜੀ ਸਪਾਈਆਂ ਨੂੰ ਬੁਲਾਇਆ ਇਸ ਡੈਨ ਨੂੰ ਇੱਥੋਂ ਕੱਢੋ ਦੇਖ ਕਿਦਾਂ ਸਰਦ ਦੇ ਸ਼ੀਰੋ ਰਾਣੀ ਨੂੰ ਸੋਗਵਾਨ ਕੀਤਾ ਗੁਰਿੰਦਰ ਨੇ ਹੋਰ ਸ਼ੇਰਾਂ ਨੂੰ ਇਸ਼ਾਰਾ ਕੀਤਾ ਸਾਰੇ ਸੈਭਾਂ ਦੇ ਆਲੇ ਦੁਆਲੇ ਖੜ ਗਏ ਰਾਂਝਾ ਵੀ ਉਹਨਾਂ 'ਚ ਸ਼ਾਮਲ ਸੀ ਉਹਨੂੰ ਗੁੱਸਾ ਸੀ ਕਿ ਸੈਭਾਂ ਕੀ ਕੁਝ ਬੋਲ ਗਏ ਉਹਦੀ ਭੈਣ ਨੂੰ ਤੇ ਉਹ ਤਾਂ ਸੈਭਾਂ ਨੂੰ ਮਾਰਨ ਨੂੰ ਹੀ ਤਿਆਰ ਸੀ ਸੈਭਾਂ ਨੇ ਕਰ ਲਿਆ ਸੀ ਜੋ ਕੁਝ ਕਰਨਾਈ ਸੀ ਸੋ ਚੁੱਪਚਾਪ ਸਪਾਈਆਂ ਨਾਲ ਹੀ ਦਰਬਾਰ 'ਚੋਂ ਬਾਹਰ ਤੁਰ ਪਈ ਉਹਦੇ ਪਿੱਛੇ ਉੱਚੇ ਪੱਥਰ ਤੋਂ ਸ਼ੀਰੋ ਝਾਕਦੀ ਸੀ ਪੁਰਾਣੀ ਰਾਣੀ ਵੱਲ ਤੇ ਆਪਣੇ ਦਿਲ 'ਚ ਡਰਦੀ ਸੀ ਕਿ ਸੱਚਮੁੱਚ ਉਹਦੇ ਬੇਟਿਆਂ ਨੂੰ ਕੀ ਹੋਏਗਾ ਰਾਜੇ ਨੇ ਸ਼ੀਰਵਲ ਤੱਕਿਆ ਉਹਦੇ ਮੂੰਹ ਤੇ ਇੱਕ ਕਾਮਰਾਨੀ ਤਬਸਮ ਸੀ ਰਾਤ ਅੱਪੜੀ ਦਰਬਾਰ ਖਾਲੀ ਹੋ ਚੁੱਕਾ ਸੀ ਠੰਡੀ ਹਵਾ ਸਾਂਸਾਂ ਕਰ ਰਹੀ ਸੀ ਇੱਕ ਗਰੁੜ ਉੱਪਰ ਉੱਡ ਰਿਹਾ ਸੀ ਉਹਦੇ ਦ੍ਰਿਸ਼ਟੀਕੋਣ ਵੱਲੋਂ ਰਾਜਾ ਇੱਕ ਇਕੱਲਾ ਚਿੱਟਾ ਦਾਗ ਸੀ ਕਾਲੀ ਧਰਤੀ ਉੱਤੇ ਖੜਾ ਰਾਜੇ ਵੱਲ ਦਰਬਾਰ ਵੱਲ ਦੋ ਸਾਈਵਦਰੇ ਸੰ ਗਰੁੜੇ ਠਾ ਕੇ ਪੱਥਰ ਜੋ ਵਿਕਰਮ ਦਾ ਤਖਤ ਸੀ ਉੱਪਰ ਟਿਕ ਗਿਆ ਉਹਦੀ ਨਜ਼ਰ ਉਹਨਾਂ ਉੱਤੇ ਫੇਰ ਫਿਰ ਗਈ ਜਦ ਦਰਬਾਰ ਵਿੱਚ ਕੁਝ ਜੀ ਇੱਕ ਉਹਨਾਂ ਵਿੱਚੋਂ ਬਾਂਦਰ ਸੀ ਆਮ ਬੰਦਰ ਨਹੀਂ ਪਰ ਦੁੰਮ ਬਿਨਾ ਜਿਹਦਾ ਮੁਖੜਾ ਕਾਲਾ ਜਿਆਸੀ ਤੇ ਫਰ ਭੂਸੜਾ ਰੰਗ ਦਾ ਸੀ ਖਾਸਾ ਲੰਬਾ ਜਿਆਸੀ ਰਾਜੇ ਦੀਆਂ ਲੋਹਣ ਉਹਦੀ ਹਿੱਕ ਨਾਲ ਬਰਾਬਰ ਸਨ ਵੱਡਾ ਸੀ ਤੇ ਹਟਾ-ਕਟਾ ਸੱਚ ਵਿੱਚ ਰਤ ਹੀਣ ਬੜਮਾਨ ਸੀ ਜਿਹਨੂੰ ਫਰੰਗੀ ਗਿਵਨ ਆਖਦੇ ਕਾਲੇ ਬੜਮਾਨ ਸਾ ਤੋਂ ਨਿੱਕਾ ਸੀ ਪਰ ਜਿਸ ਕੰਮ ਵਾਸਤੇ ਰਾਜੇ ਨੇ ਉਹਨੂੰ ਬੁਲਾਇਆ ਸੀ ਲਈ ਕਾਫੀ ਸਮਰੱਥ ਸੀ ਜਰਾਇਮ ਪੇਸ਼ਾ ਵਿੱਚ ਤਾਕ ਸੀ ਉਹਦਾ ਮਿੱਤਰ ਸੀ ਫੌਜਦਾਰੀ ਸੀ ਪਹਿਲੀ ਵਾਰ ਇਦਾਂ ਦਾ ਕੰਮ ਕਰਨ ਲੱਗਾ ਸੀ ਗਿਵਨ ਦਾ ਮਿੱਤਰ ਬਿੱਜੂ ਸੀ ਲਾਲ ਜਿਆ ਰੰਗ ਸੀ ਉਸ ਬਿੱਜੂ ਦਾ ਗਿਵਨ ਦਾ ਨਾਮ ਬਿਸ਼ਨ RAM ਸੀ ਤੇ ਬਿੱਜੂ ਦਾ ਨਾਮ ਸਰਨਜਨ ਸੀ ਰਾਜਾ ਬਿਸ਼ਨ ਤੇ ਸਰਨ ਇੱਕ ਦੂਜੇ ਨਾਲ ਠਿਕੋਣ ਚ ਖੜੇ ਰਾਜਾ ਚੁੱਪ ਹੀ ਰਿਹਾ ਇਹਦਾ ਨਤੀਜਾ ਸੀ ਕਿ ਹੁਣ ਕਿ ਸਰਨ ਬੇਚੈਨ ਹੋ ਗਿਆ ਤੇ ਬਕ ਬਕ ਕਰਨ ਲੱਗਾ युवराज ਜੀ ਪ੍ਰਣਾਮ ਜੀ ਤੁਸੀਂ ਠੀਕ ਠਾਕ ਹੋ ਰਾਜੇ ਨੇ ਸਰਨਵਲ ਚਾਕਿਆ ਜਿਵੇਂ ਪਹਿਲੀ ਵਾਰ ਬਿੱਜੂ ਨੂੰ ਦੇਖਿਆ ਹੋਵੇ ਜਿੱਦਾਂ ਹੁਣ ਤੱਕ ਆਪਣੇ ਆਪ 'ਚ ਗਲਤਾਨ ਹੋਇਆ ਸੀ ਸਰਨ ਨੂੰ ਇੰਜ ਦੇਖਦਾ ਸੀ ਜਿਦਾਂ ਮੱਖੀ ਹੁੰਦੀ ਬਿਸਨ ਰਾਮ ਨੂੰ ਡਰ ਸੀ ਕਿ ਸ਼ੇਰ ਨੂੰ ਗੁੱਸਾ ਨਾ ਚੜ ਜਾਏ ਸੋ ਗੱਲ ਸੰਭਾਲਣ ਲਈ ਬੋਲਣ ਲੱਗ ਪਿਆ ਇਹ ਵੀ ਰਾਜਾ ਜੀ ਤੁਹਾਡਾ ਹੁਕਮ ਕੀ ਹੈ ਨਾਲੇ ਨਾਲ ਸਿਰ ਨਵਾਇਆ ਰਾਜਾ ਖੁਸ਼ ਹੋ ਗਿਆ ਸਰਦਾਰ ਦੀ ਥਾਈ ਹੁਣ ਦੋਨੋਂ ਉਸ ਨੂੰ ਯੋਵਰਾਜ ਆਖਦੇ ਸੀ ਬਿਸਨ ਨੇ ਪਹਿਲਾਂ ਹੀ ਸੋਚਿਆ ਸੀ ਕਿ ਇਸ ਤਰ੍ਹਾਂ ਹੀ ਉਹਨੂੰ ਮੁਖਾਤਿਬ ਕਰਨਾ ਹੈ ਸਰਨ ਨੂੰ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਰਾਜੇ ਨਾਲ ਇਸ ਤਰ੍ਹਾਂ ਗੱਲ ਕਰਨੀ ਹੈ ਰਾਜੇ ਨੇ ਜਵਾਬ ਚ ਸੱਜੀ ਕੰਧ ਵੱਲੇ ਇਸ਼ਾਰਾ ਕੀਤਾ ਨਾਲੋਂ ਨਾਲ ਬੋਲਿਆ ਦੋਸਤ ਉਸ ਕੰਧ ਦੇ ਨਾਲ ਇੱਕ ਛੇਲ ਪਈ ਹੈ ਉਹਨੂੰ ਚੁੱਕ ਲੈ ਮੈਨੂੰ ਪਤਾ ਹੈ ਤੇਰੇ ਕੋਲ ਕੋਲੇ ਹੱਥ ਕਰਨ ਨੂੰ ਕਰਨ ਤੋਂ ਚੱਕ ਸਕਦਾ ਹੈ ਦੇਖ ਉਹਦੇ ਹੇਠ ਸਨਦ ਹੈ ਮੈਂ ਤੈਨੂੰ ਅਧਿਕਾਰ ਦੇ ਰਿਹਾ ਦੇਖ ਇਹ ਸਨਦ ਉੱਤੇ ਤੇਰੀ ਨਸਲ ਦੇ ਸਦਸ ਨੇ ਵਿਕਰਮ ਦਾ ਨਿਸ਼ਾਨ ਲਾ ਦਿੱਤਾ ਤੇ ਕਰਨੈਲ ਦੀ ਮੌਤ ਦਾ ਇਜ਼ਰਾਕੇ ਦਿੰਦਾ ਹੈ ਇਸਨਾਂ ਤੁਹਾਨੂੰ ਉਹਦੀ ਕੋਠੜੀ 'ਚ ਦਾਖਲਾ ਦੇਵੇਗਾ ਆਪਣਾ ਕੰਮ ਦਵਾ ਸੱਟ ਕਰੋ ਉਹਨੂੰ ਮੌਕਾ ਨਹੀਂ ਦੇਣਾ ਤੁਹਾਡੇ ਨਾਲ ਬੇਨਤੀ ਕਰਨ ਦਾ ਸਮਝੇ ਨਹੀਂ ਮੇਰੇ ਯੁਵਰਾਜ ਅਸੀਂ ਕਿਤੇ ਉਸ ਨਾਲ ਕੁਰਲ-ਕੁਰਲ ਕਰਨੀ ਹੈ ਜ਼ੁਬਾਨ ਨਹੀਂ ਚਲਾਉਣੀ ਹਿਕ ਦਾ ੱਤਕਾ ਵਰਤਣਾ ਮੇਰੇ ਹੱਥਾਂ ਦਾ ਫਾਇਦਾ ਉਠਾਣਾ ਵਿਸ਼ਨ ਨੇ ਜਵਾਬ ਦਿੱਤਾ ਵਿਸ਼ਨ ਮੈਂ ਤੁਹਾਨੂੰ ਪਸੰਦ ਕਰਦਾ ਇਸ ਲਈ ਹੀ ਤੂੰ ਹਕਮਤੀ ਬੰਦਰ ਹੈ ਤੇ ਦਿਲ ਪੱਥਰ ਵਾਲਾ ਤੇਰੇ ਸੀਨੇ ਵਿੱਚ ਵਸਦਾ ਜਾਓ ਆਪਣਾ ਕੰਮ ਪੂਰਾ ਕਰੋ ਰਾਜੇ ਨੇ ਪੰਜਾ ਵਿਸ਼ਨ ਦੇ ਮੋਢੇ ਉੱਤੇ ਰੱਖਿਆ ਦੋਨੋਂ ਖੂਨੀ ਰਾਤ ਦੇ ਹਨੇਰੇ 'ਚ ਵਾਪਸ ਛਪਨ ਹੋ ਗਏ ਹੁਣ ਰਾਜਾ ਇਕੱਲਾ ਹੀ ਖੜਾ ਰਿਹਾ ਭਲਾ ਬੁਰਾ ਕਰ ਕਰਕੇ ਸੋਚਿਆ ਕਿ ਜੋ ਕਰਦਾ ਹੈ ਸਹੀ ਕਰਦਾ ਹੈ ਵਿਕਰਮ ਜਿ ਪਹਿਲਾਂ ਸੈਂਸਾ ਪਾ ਦਿੱਤਾ ਸੀ ਹੁਣ ਕਰਨੈਲ ਦੀ ਕਤਲ ਨਾਲ ਸ਼ਾਇਦ ਉਹਨੂੰ ਵੀ ਛੁੜਛੁੜ ਮਾਰ ਦੇਣਾ ਸੀ ਉਹਨੂੰ ਰੱਬ ਕੋਲ ਭੇਜ ਦੇਣਾ ਸੀ ਅੱਖ ਬਚਾ ਕੇ ਰਾਜਾ ਵੀ ਹਨੇਰੇ 'ਚ ਤੁਰ ਪਿਆ ਰਾਤ ਬਹੁਤ ਲੰਬੀ ਸੀ ਬਿਸ਼ਨ ਤੇ ਸ਼ਰਨ ਕਰਨੈਲ ਦੀ ਕੰਦਰਵਲ ਜਾ ਰਹੇ ਸੀ ਜਿੱਥੇ ਗਿੱਡਾ ਤੇ ਉਹਦੇ ਗਿੱਦੜ ਕੈਦੀ ਦਾ ਖਿਆਲ ਰੱਖਦੇ ਸੀ ਇਸ ਰਾਤ ਬਿਸ਼ਨ ਤੇ ਸਰਨ ਨੇ ਕਰਨੈਲ ਨੂੰ ਖਤਮ ਕਰਨਾ ਸੀ ਰਾਤ ਬਹੁਤ ਲੰਬੀ ਸੀ ਵਿਕਰਮ ਨੂੰ ਨੀਂਦ ਨਹੀਂ ਸੀ ਆ ਰਹੀ ਸ਼ੀਰੋ ਨੇ ਆ ਕੇ ਉਹਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਦੱਸਿਆ ਜੋ ਸਹਬਾਂ ਦੇ ਰਾਜੇ ਨਾਲ ਦਰਬਾਰ 'ਚ ਬੀਤੇ ਆ ਸੀ ਉਹਨੂੰ ਗਿੜਗੜਾ ਕੇ ਆਖਿਆ ਰਾਜੇ ਨੂੰ ਹੋਰ ਸੱਤਾ ਨਾ ਦੇਣ ਉਹਨੂੰ ਪੁੱਛਿਆ ਆਪਣੇ ਬੱਚਿਆਂ ਬਾਰੇ ਸੋਚ ਰਾਂਝੇ ਨੇ ਵੀ ਕਰਨੈਲ ਦੀ ਆਜ਼ਾਦੀ ਲਈ ਆਖਿਆ ਪਰ ਕਾਨੂੰਨ ਕਾਨੂੰਨੀ ਸੀ ਫਿਰ ਵੀ ਜਦੋਂ ਦੋਨੋਂ ਚਲੇ ਗਏ ਵਿਕਰਮ ਦੀ ਜ਼ਮੀਰ ਉਹਨੂੰ ਨਿੰਦਣ ਲੱਗ ਪਈ ਉਦੀ ਸੋਚ ਜੋ ਹੁਣ ਭਵਿਕ ਬਾਣੀ ਮੰਦੀ ਸੀ ਹੁ ਡਗਮਗ ਕਰਨ ਲੱਗ ਪਈ ਉਹਦਾ ਵੀਰ ਸੀ ਕੀ ਕਰ ਰਿਆ ਸੀ ਮਾਂ ਦੇ ਪੁੱਤ ਨੂੰ ਮਾਰ ਕੇ ਉਹਦਾ ਖੂਨ ਸੀ ਪਰ ਡਰਦਾ ਸੀ ਕਿ ਕਰਨੈਲ ਨੇ ਉਹਦੇ ਨਿਆਣੇ ਮਾਰ ਕੇ ਆਪ ਨੂੰ ਰਾਣਾ ਬਣਾ ਲੈਣਾ ਸੀ ਫੇਰ ਮਨ ਜੋ ਸ਼ੀਰੋ ਤੇ ਰਾਂਝਾ ਕਹਿੰਦੇ ਸੀ ਵਲਤੁਰ ਪਿਆ ਜੀ ਕਰਨੈਲ ਨਹੀਂ ਸੀ ਪਰ ਹੋਰ ਕੋਈ ਧਰੋਈ ਸੀ ਫੇਰ ਸ਼ੀਰੋ ਤਾਂ ਸਾਫ ਰਾਜੇ ਨੂੰ ਸ਼ੱਕ ਕਰਦੀ ਸੀ ਜੇ ਹੁੰ ਰਾਜੇ ਨੂੰ ਕੰਦਰ ਵਿੱਚ ਕੈਦ ਕਰਾਂ ਵਿਕਰਮ ਨੇ ਸੋਚਿਆ ਪਰ ਜੇ ਦੋਨੋਂ ਭਰਾ ਮਾਰ ਦਿੱਤੇ ਤਾਂ ਵਿਕਰਮ ਤਾਂ ਅਸੁਰ ਹੈ ਲੋਕੀ ਕਹਿਣਗੇ ਕਰਨੈਲ ਨੂੰ ਛੱਡਣਾ ਚਾਹੀਦਾ ਹਾਂ ਉਹਨੂੰ ਆਜ਼ਾਦ ਕਰਾਵੇਗਾ ਪਰ ਉਹ ਵਹਿਮ ਉਹ ਭੁਪੇਖ ਬਾਣੀ ਵਿਕਰਮ ਇੱਧਰ ਉੱਧਰ ਤੁਰਿਆ ਇਸ ਸੋਚ ਹੀ ਪਹਿਲਾਂ ਰਾਜੇ ਨੇ ਉਹਦੇ ਮਨ ਚ ਪਾਈ ਹੋਈ ਸੀ ਜੇ ਸ਼ੀਰੀ ਸ਼ੀਰੋ ਸਹੀ ਹੈ ਸ਼ਾਇਦ ਵਿਕਰਮ ਦਾ ਕਾਤਲ ਰਾਜਾ ਹੀ ਹੈ ਵਿਕਰਮ ਦੇ ਸਾਹਮਣੇ ਸ਼ੈਤਾਨ ਦੀ ਸੋਚ ਉਡਾਰੀ ਵਿੱਚ ਜਿੰਨ ਭੂਤ ਖੜੇ ਸਨ ਉਹਨੂੰ ਆਰੋਪ ਲਾਉਂਦੇ ਕਿ ਕਰਨੈਲ ਦੀ ਪਿੱਠ ਵਿੱਚ ਛੋਰਾ ਮਾਰ ਰਿਹਾ ਸੀ ਹੁਣ ਉਹਦੇ ਸਾਹਮਣੇ ਰਾਜਾ ਸ਼ਾਇਦ ਖਲੋਇਆ ਸੀ ਹੱਸਦਾ ਵਿਕਰਮ ਦੀ ਹੱਤਿਆ ਵਿਉਂਤ ਦਾ ਸੀ ਹਾਇ ਰੱਬਾ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਵਿਕਰਮ ਨੇ ਉੱਚੀ ਦੇਣੀ ਗੱਜਿਆ ਉਹਦੀ ਆਵਾਜ਼ ਸੁਣ ਕੇ ਸ਼ੀਰ ਉੱਠ ਕੇ ਆ ਗਏ ਉਹਦੀ ਅੰਦਹਾੜਾਂ ਕਰਕੇ ਸਪਾਈ ਤੇ ਗੁਰਿੰਦਰ ਵੀ ਨਸ ਕੇ ਉਸ ਕੋਲ ਆ ਖੜੇ ਕੀ ਗੱਲ ਹੈ ਰਾਣਾ ਜੀ ਗੁਰਿੰਦਰ ਨੇ ਪੁੱਛਿਆ ਕੀ ਹੋਇਆ ਮੇਰੀ ਜਾਨ ਸ਼ੀਰੋ ਨੇ ਪੁੱਛਿਆ ਮੈਂ ਕਰਨੈਲ ਨੂੰ ਏਸੀ ਵਕਤ ਆਜ਼ਾਦ ਕਰਨਾ ਚਾਹਨਾ ਗੁਰਿੰਦਰ ਹੁਣੇ ਮੇਰੀ ਆਗਿਆ ਭੇਜ ਗਿੰਡੇ ਨੂੰ ਕੋਈ ਕੋਤਲ ਕੋੜੇ ਨੂੰ ਕੱਲੇ ਉਹਨੂੰ ਕਹਿ ਹਵਾ ਨਾਲ ਗੱਲਾਂ ਕਰਨੀਆਂ ਮੇਰੇ ਭਰਾ ਨੂੰ ਬਚਾਓ ਮੇਰਾ ਸੰਦ ਉਹਨੂੰ ਦਿਓ ਇਸ ਰਾਤ ਮੈਨੂੰ ਅਕਲ ਆ ਗਈ ਠੀਕ ਮੇਰੇ ਤਾਜਦਾਰ ਹਲੇ ਰਾਤ ਪੂਰੀ ਨਹੀਂ ਹੋਈ ਹੈ ਉਹਦੀ ਫਾਂਸੀ ਨੂੰ ਮਨਜ਼ੂਰ ਕਰ ਸਕਦੇ ਨੇ ਗੁਰਿੰਦਰ ਨੇ ਚੁੱਕ ਕੇ ਉੱਤਰ ਦਿੱਤਾ ਸ਼ੀਰੋ ਖੁਸ਼ ਹੋ ਗਈ ਸ਼ਾਇਦ ਵਿਕਰਮ ਯੁਵਰਾਜ ਦੀ ਹੱਕਦਾਰੀ ਵੀ ਰਾਜੇ ਤੋਂ ਲੈ ਲਏਗਾ ਰਾਤ ਹਾਲੇ ਲੰਬੀ ਸੀ ਕਾਫੀ ਕੁਝ ਹੋ ਸਕਦਾ ਸੀ ਘੋੜਾ ਜ਼ੋਰ ਦੇਣੀ ਕੰਦਰ ਵੱਲ ਦੌੜਿਆ ਪਰ ਬਿਸ਼ਨ ਤੇ ਸਰਨ ਕੰਦਰ ਦੇ ਉਸ ਤੋਂ 2 ਘੰਟੇ ਅੱਗੇ ਸਨ ਧੰਨਵਾਦ